रक्षा कोई नहीं फोन किया। सर हूँ शफकत ठीक है सर शफकत ਇਹ ਤੁਹਾਡਾ ਸਾਡੇ ਤੇ ਸਾਨ ਹੈ ਕੋਈ ਨਹੀਂ ਸਾਡੇ ਪੂਰੇ ਨਹੀਂ ਹੁੰਦੇ ਪਤਾ ਨਹੀਂ ਕਿ ਸਰ ਮੈਂ ਦੱਸੋ ਇਸ ਉਮਰ ਹਜ਼ਾਰ ਦਾ 1 ਰੁਪਈਆ ਵੀ ਮੇਰੀ ਵਾਸਤੇ ਆਰਾਮ ਹੈ ਇਹਨਾਂ ਦੇ ਜ਼ਿਹਨ ਦੇ ਅੰਦਰ ਸਾਰੇ ਇਹ ਗੱਲ ਆਈ ਬਾ ਪਤਨੇ ਕੇ 40 ਸਾਲ ਜਿਹਨੇ ਨਾ ਉਸ ਵੇਲੇ ਮੈਂ ਤੁਹਾਨੂੰ ਪਹਿਲੇ ਉਹ ਪੈਸੇ ਦਿੱਤੇ ਨਹੀਂ ਐਸਾ ਉਹਨਾਂ ਕੋਲ ਲੈਣੇ ਦੀ ਵਜ੍ਹਾ ਕਿ ਸਾਡਾ ਤੁਸਾਂ ਗਰੀਬ ਆਦਮੀ ਹੋ ਸਾਡੇ 5000 ਤੇ ਐਸਐਚਓ ਰਿਪੋਰਟ ਅਖਰਾਜ ਤੇ ਸੈਂਡ ਕਰਦੇ ਲੈ ਨਹੀਂ ਤਾਂ ਤੁਸੀਂ ਉਹਨਾਂ ਨੂੰ ਛੋੜਨਾ ਕਾਈ ਵਾਸਤੇ ਜੀ ਹੈ ਦੂਜੀ ਗੱਲ ਇਹ ਕਿ ਮਿਸਟਰ ਲਿਖੌੜੀ ਵੀ ਇਹ ਸੈਂਸ ਟੂ ਕੋ ਇਸ ਨੂੰ ਮਤਲਬ ਇਹ ਕੋ ਸਭ ਤਰ੍ਹਾਂ ਦਾ ਫਰਕ ਵੀ ਕਰ ਇਹਨਾਂ ਹੋਰ ਪੈਸੇ ਕੋਈ ਨਹੀਂ ਦੇਣੇ ਜੀ ਠੀਕ 1 ਰੁਪਈਆ ਵੀ 1 ਚਵਾਨੀ ਵੀ ਕੀ ਦੇਣਾ ਹੁਣ ਗੱਲ ਮੁਲਜ਼ਮ ਦੀ ਰਹਿ ਗਈ ਅਸਾਂ ਨਕਸ਼ਾ ਆਪਣਾ ਖਰਚਾ ਤੁਹਾਨੂੰ ਦੇਣ ਦੀ ਜਾਂ ਨਾ ਦੇਣ ਇਹ ਫਰਕ ਹੈ।